ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਸਵੀਰ ਸਿੰਘ, ਮੈਨੇਜਿੰਗ ਡਾਇਰੈਕਟਰ ਆਫ ਇੰਗਲਿਸ਼ ਟ੍ਰੀ ਇੰਸਟੀਟਿਊਟ ਆਫ ਆਇਲਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਦੋਸਤੋ, ਹਜੇ ਪਹਿਲਾਂ ਹੀ ਨਵਪ੍ਰੀਤ ਸਿੰਘ ਨਾਹਰ ਦੀ ਵੀਡੀਓ ਰੈਡੀ ਕਰਕੇ ਹਟੇ ਹੈਗੇ ਹਾਂ, ਕਿਉਂਕਿ ਉਹਨਾਂ ਨੇ ਆਪਦਾ ਵੀਜ਼ਾ ਰਿਸੀਵ ਕੀਤਾ ਸੀਗਾ। ਸੈਕਿੰਡਲੀ ਹੁਣ ਅਸੀਂ ਸੈਕਿੰਡ ਸਟੂਡੈਂਟ ਦੀ ਵੀਡੀਓ ਯਾਨੀ ਕਿਹੜੀ ਹੈਗੀ ਹੈ ਉਹ ਅਸੀਂ ਬਣਾ ਰਹੇ ਹੈਗੇ ਹਾਂ, ਤਾਂ ਕਿ ਯਾਨੀ ਕਿ ਜਿੰਨੀਆਂ ਵੀ ਸਾਡੀਆਂ ਅਪਡੇਟਸ ਅਤੇ ਜਿੰਨੀਆਂ ਸਾਡੀਆਂ ਅਚੀਵਮੈਂਟਸ ਇੰਗਲਿਸ਼ ਟ੍ਰੀ ਇੰਸਟੀਟਿਊਟ ਦੁਆਰਾ ਕੀਤੀਆਂ ਗਈਆਂ ਹੈਗੀਆਂ ਵਾ, ਸਾਰੀਆਂ ਦੀਆਂ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰ ਸਕੀਏ। ਸ਼ੁਕਰਗੁਜ਼ਾਰ ਹੈਗੇ ਹਾਂ ਪਰਮਾਤਮਾ ਦੇ, ਉਹਨਾਂ ਪੇਰੈਂਟਸ ਦੇ ਯਾਨੀ ਕਿ ਜਿਹੜੇ ਸਾਡੇ ਕੋਲ ਵਿਸ਼ਵਾਸ ਕਰਕੇ ਆ ਰਹੇ ਆ, ਅਤੇ ਸ਼ੁਕਰਗੁਜ਼ਾਰ ਹੈਗੇ ਹਾਂ ਉਸ ਪਰਮਾਤਮਾ ਦੇ ਜਿਨ੍ਹਾਂ ਨੇ ਸਾਨੂੰ ਇੰਨਾ ਕੁ ਬਲ ਬਖਸ਼ਿਆ ਹੋਇਆ, ਸਮਰੱਥ ਬਖਸ਼ੀ ਹੋਈ ਹੈ ਕਿ ਯਾਨੀ ਕਿ ਬੱਚਿਆਂ ਦੇ ਸੁਪਨੇ ਅਸੀਂ ਜਿਹੜੇ ਕੈਨੇਡਾ ਜਾਣ ਦੇ ਸੁਪਨੇ ਹੈਗੇ ਉਹਨਾਂ ਦੇ ਸਾਕਾਰ ਕਰ ਰਹੇ ਹੈਗੇ ਹਾਂ। ਮੈਂ ਸਾਰੇ ਸਟਾਫ ਦਾ ਵੀ ਧੰਨਵਾਦ ਕਰਦਾ ਹੈਗਾ ਵਾ, ਕਿਉਂਕਿ ਡੈਡੀਕੇਟਲੀ ਅਤੇ ਹਾਰਡ ਵਰਕਿੰਗ ਦੇ ਨਾਲ ਉਹ ਇੰਨਾ ਕੁ ਆਪਦਾ ਕੰਮ ਕਰ ਰਹੇ ਹੈਗੇ ਆ ਕਿ ਬੱਚਿਆਂ ਨੂੰ ਉਹਨਾਂ ਦੇ ਵੀਜ਼ਾ ਜਿਹੜੇ ਹੈਗੇ ਆ ਟਾਈਮ ਟੂ ਟਾਈਮ ਰਿਸੀਵ ਹੋ ਰਹੇ ਆ। ਕਿਸੇ ਵੀ ਬੱਚੇ ਦਾ ਵੀਜ਼ਾ ਜਿਹੜਾ ਹੈਗਾ ਵਾ, ਸਾਨੂੰ ਬਹੁਤ ਹੀ ਘੱਟ ਪ੍ਰੋਫਾਈਲਸ ਹੋਣਗੀਆਂ, ਸ਼ਾਇਦ ਹਾਰਡ ਦੇ 3 ਜਾਂ 4 ਪ੍ਰੋਫਾਈਲਸ ਹੋਣਗੀਆਂ ਜਿਨ੍ਹਾਂ ਦੇ ਵੀਜ਼ਾ ਜਿਹੜੇ ਕਿ ਸਾਨੂੰ 60 ਡੇਜ਼ ਦੇ ਵਿੱਚ ਮਿਲੇ ਹੈਗੇ ਆ, ਬਟ ਆਲਮੋਸਟ ਬਾਕੀ ਬੱਚਿਆਂ ਦੇ ਵੀਜ਼ਾ ਸਾਨੂੰ 20 ਤੋਂ 25 ਦਿਨ ਦੇ ਵਿੱਚ ਸਾਨੂੰ ਰਿਸੀਵ ਹੋਏ ਹੈਗੇ ਆ। ਐਜ਼ ਇਟ ਇਜ਼ ਹੀ ਸਾਡੇ ਕੋਲ ਜਿਹੜੇ ਨਵੇਂ ਕਲਾਇੰਟ ਸਾਡੇ ਬੈਠੇ ਹੋਏ ਹੈਗੇ ਆ ਜਿਨ੍ਹਾਂ ਨੇ ਹੁਣੇ ਹੁਣੇ ਆਪਦਾ ਵੀਜ਼ਾ ਰਿਸੀਵ ਕੀਤਾ ਹੋਇਆ ਵਾ, ਰਣਜੋਤ ਸਿੰਘ ਜੋ ਕਿ ਫਿਰੋਜ਼ਪੁਰ ਸਿਟੀ ਨੂੰ ਬਿਲੋਂਗ ਕਰਦੇ ਆ। ਰਣਜੋਤ ਸਿੰਘ ਦੀ ਪ੍ਰੋਫਾਈਲਸ ਦੇ ਅਕੋਰਡਿੰਗ ਇਹਨਾਂ ਦੇ ਵੀ 6 ਨੋਟ ਲੈਸ 5.5 ਬੈਂਡ ਸਕੋਰ ਸੀਗੇ, ਬਟ ਇਹਨਾਂ ਦੇ ਕੋਲ ਵੀ ਹਰੇਕ ਕੰਸਲਟੈਂਟਸ ਨੇ ਇਹਨਾਂ ਦੀ ਬਾਂਹ ਫੜਨ ਤੋਂ ਮਨਾ ਕੀਤਾ ਹੋਇਆ ਸੀਗਾ, ਕਿਉਂਕਿ 1 ਫਰਵਰੀ ਤੋਂ ਇੱਕ ਚੀਜ਼ ਚੱਲ ਪਈ ਸੀਗੀ ਕਿ 6 ਈਚ ਬੈਂਡ ਸਕੋਰ ਹੋਣਗੇ ਤਾਂ ਹੀ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੈਗੇ ਆ। ਬਟ ਤੁਸੀਂ ਦੇਖੋ, ਅੱਜ ਅਗਸਤ ਚੱਲ ਰਹੀ ਹੈਗੀ ਹੈ, ਸਪਟੰਬਰ ਇਨਟੇਕ ਬਿਲਕੁਲ ਖਤਮ ਹੋ ਚੁੱਕਾ ਹੈਗਾ ਵਾ, ਬਟ ਹਜੇ ਵੀ ਸਾਨੂੰ ਕੁਛ ਕਾਲਜਸ ਦੇ ਵਿੱਚੋਂ ਜੇ ਸਾਨੂੰ ਆਫਰ ਲੈਟਰ ਚਾਹੀਦੇ ਹੁੰਦੇ, ਕਿਉਂਕਿ ਅਕਤੂਬਰ ਇਨਟੇਕ ਵੀ ਕਾਫੀ ਕਾਲਜਸ ਵਿੱਚ ਚੱਲ ਰਿਹਾ ਹੈਗਾ ਵਾ, ਅਸੀਂ ਉਹਨਾਂ ਨੂੰ ਆਫਰ ਲੈਟਰਸ ਉਹਨਾਂ ਦੇ ਪ੍ਰੋਵਾਈਡ ਕਰਵਾ ਰਹੇ ਹਾਂ। ਸੋ ਬਹੁਤ ਸ਼ੁਕਰ ਯਾਨੀ ਕਿ ਇਸ ਚੀਜ਼ ਦੀ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਕੋਲ ਬੱਚੇ ਜਿਹੜੇ ਆ ਰਹੇ ਹੈਗੇ ਉਹਨਾਂ ਦੇ ਸੁਪਨੇ ਅਸੀਂ ਸਾਕਾਰ ਕਰ ਰਹੇ ਹਾਂ, ਉਹਨਾਂ ਦੇ ਕੈਨੇਡਾ ਜਾਣ ਦੇ ਸੁਪਨੇ ਸਾਕਾਰ ਕਰ ਰਹੇ ਹਾਂ, ਵੀਜ਼ਾਸ ਲਗਵਾ ਰਹੇ ਹੈਗੇ ਹਾਂ। ਬਹੁਤ ਸ਼ੁਕਰਗੁਜ਼ਾਰ ਹੈਗੇ ਹਾਂ, ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿਹੜੇ ਸਾਡੇ ਕੋਲ ਆ ਰਹੇ ਹੈਗੇ ਹੈ। ਅਤੇ ਆਓ ਹੁਣ ਤੁਸੀਂ ਰਣਜੋਤ ਸਿੰਘ ਦੇ ਜਵਾਨੀ ਹੀ ਸੁਣੋ ਕਿ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਸੀਗਾ ਸਾਡੀ ਕੰਪਨੀ ਦੇ ਨਾਲ ਕਿਹੋ ਜਿਹਾ ਰਿਹਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਣਜੋਤ ਸਿੰਘ ਹੈ ਅਤੇ ਮੈਂ ਫਿਰੋਜ਼ਪੁਰ ਸ਼ਹਿਰ ਤੋਂ ਬਿਲੋਂਗ ਕਰਦਾ ਹਾਂ। ਮੇਰੇ ਓਵਰਆਲ 6 ਨੋਟ ਲੈਸ 5.5 ਮਾਰਕਸ ਸੀਗੇ ਆਇਲਸ ਵਿੱਚੋਂ, ਐਂਡ ਮੋਰ ਓਵਰ ਥਿੰਕ ਇਜ਼ ਦੈਟ ਕਿ ਮਤਲਬ ਜਿੱਥੇ ਵੀ ਮੈਂ ਏਜੰਟ ਕੋਲ ਜਾਂਦਾ ਸੀਗਾ ਉਹ ਸਾਰੇ ਮੈਨੂੰ ਕਹਿ ਰਹੇ ਸੀਗੇ ਕਿ ਤੁਹਾਡਾ ਵੀਜ਼ਾ ਨਹੀਂ ਲੱਗਣਾ, ਅਗਰ ਜੇ ਕਹਿ ਰਹੇ ਸੀ ਵੀਜ਼ਾ ਲੱਗੇਗਾ ਤਾਂ ਕਿਸੇ ਘਟੀਆ ਤੋਂ ਘਟੀਆ ਪ੍ਰੋਵਿੰਸ ਦੇ ਵਿੱਚ ਲੱਗੇਗਾ। ਬਟ ਜਿੱਦਾਂ ਮੈਂ ਮੇਰੇ ਫਰੈਂਡ ਨੇ ਮੈਨੂੰ ਐਡਵਾਈਸ ਦਿੱਤੀ ਕਿ ਤੂੰ ਇੰਗਲਿਸ਼ ਟ੍ਰੀ ਕੋਲ ਵਿਜ਼ਿਟ ਕਰ, ਅਤੇ ਜਿੱਦਾਂ ਮੈਂ ਇਹਨਾਂ ਕੋਲ ਆਇਆ ਅਤੇ ਜਸਵੀਰ ਸਰ ਨੇ ਮੈਨੂੰ ਸਹੀ ਗਾਈਡੈਂਸ ਦਿੱਤੀ ਅਤੇ ਇਹਨਾਂ ਨੇ ਪ੍ਰੋਪਰ ਵੇ ਦੇ ਵਿੱਚ ਮੈਨੂੰ ਸਹੀ ਟਾਈਮ ਦੇ ਵਿੱਚ ਮੈਨੂੰ ਵੀਜ਼ਾ ਅਵੇਲ ਕਰਵਾਇਆ ਹੈ, ਅਤੇ ਇਸ ਵੀਜ਼ੇ ਕਾਰਨ ਮੈਂ ਬਹੁਤ ਖੁਸ਼ ਹਾਂ। ਐਂਡ ਮੇਰੀਆਂ ਸਾਰੀਆਂ ਫੀਸਿਸ ਆਫਟਰ ਵੀਜ਼ਾ ਮੈਂ ਪੇ ਕਰ ਰਿਹਾ, ਬਿਕੋਜ਼ ਸਾਰੀਆਂ ਫੀਸਿਸ ਇਹਨਾਂ ਨੇ ਪਹਿਲਾਂ ਪੇ ਕਰ ਚੁੱਕੇ ਸੀਗੇ, ਅਤੇ ਇਹ ਮੇਰਾ ਵੀਜ਼ਾ ਹੈ। ਐਂਡ ਇਸ ਵੀਜ਼ੇ ਕਰਕੇ ਮੇਰੀ ਖੁਸ਼ੀ ਜ਼ਾਹਿਰ ਨਹੀਂ ਹੋ ਰਹੀ। ਮੈਂ ਸਾਰੇ ਆਪਦੇ ਦੋਸਤਾਂ ਨੂੰ ਰਿਕਮੈਂਡ ਕਰਦਾ ਹਾਂ ਕਿ ਜਿਨ੍ਹਾਂ ਦੇ 6 ਨੋਟ ਲੈਸ 5.5 ਮਾਰਕਸ ਹਨ ਅਤੇ 50% ਤੋਂ ਘੱਟ ਮਾਰਕਸ ਹਨ ਪਲੱਸ 2 ਵਿੱਚ, ਉਹ ਸਾਰੇ ਜਸਵੀਰ ਸਰ ਕੋਲ ਵਿਜ਼ਿਟ ਕਰਨ, ਕਿਉਂਕਿ ਇਹ ਤੁਹਾਨੂੰ ਸ਼ੋਰਟੀ ਨਾਲ ਵੀਜ਼ਾ ਦਿਵਾਉਣਗੇ। ਮੈਂ ਇਸ ਵੀਜ਼ਾ ਕਾਰਨ ਸਾਰੇ ਸਟਾਫ ਦਾ ਅਤੇ ਜਸਵੀਰ ਸਰ ਦਾ ਥੈਂਕਸ ਕਰਦਾ ਹਾਂ, ਕਿਉਂਕਿ ਇਹਨਾਂ ਨੇ ਮੈਨੂੰ ਵੀਜ਼ਾ ਦਿਲਵਾਇਆ ਹੈ ਅਤੇ ਮੈਂ ਇਸ ਵੀਜ਼ਾ ਕਰਕੇ ਬਹੁਤ ਖੁਸ਼ ਹਾਂ। ਸੋ ਦੋਸਤੋ, ਰਣਜੋਤ ਸਿੰਘ ਫਿਰੋਜ਼ਪੁਰ ਸ਼ਹਿਰ ਨੂੰ ਬਿਲੋਂਗ ਕਰਦੇ ਆ, ਉਹਨਾਂ ਦਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਹੋ ਚੁੱਕਾ ਵਾ, ਕੈਨੇਡਾ ਜਾ ਰਹੇ ਹੈਗੇ ਆ। 15 ਤਰੀਕ ਦੀ ਇਹਨਾਂ ਦੀ ਫਲਾਈਟ ਹੈਗੀ ਆ, ਕੌਨਸੋਬਾ ਕਾਲਜ ਵਿੱਚ ਜਾ ਰਹੇ ਹੈਗੇ ਆ, ਆਪਦੀ ਪੜ੍ਹਾਈ ਸ਼ੁਰੂ ਕਰਨ ਜਾ ਰਹੇ ਆ, ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਆ। ਇਹਨਾਂ ਨੂੰ ਅਸੀਂ ਸ਼ੁਭਕਾਮਨਾਵਾਂ ਦਿੰਦੇ ਹੈਗੇ ਹਾਂ, ਇਹਨਾਂ ਦੇ ਪਰਿਵਾਰ ਨੂੰ ਵਧਾਈ ਦਿੰਦੇ ਹੈਗੇ ਹਾਂ, ਕਿਉਂਕਿ ਜਦੋਂ ਸਾਡੇ ਪੰਜਾਬ ਦੇ ਵਿੱਚੋਂ ਕੋਈ ਬੱਚਾ ਬਾਹਰ ਜਾਂਦਾ ਹੈਗਾ ਵਾ ਤਾਂ ਪੇਰੈਂਟਸ ਦੀਆਂ ਬਹੁਤ ਉਹਨਾਂ 'ਤੇ ਆਸਾਂ ਹੁੰਦੀਆਂ ਹੈਗੀਆਂ ਵਾ ਕਿ ਸਾਡੀ ਜ਼ਿੰਦਗੀ ਦੇ ਵਿੱਚੋਂ ਐਟਲੀਸਟ ਇਹ ਸਾਡਾ ਬੱਚਾ ਬਾਹਰ ਜਾ ਰਿਹਾ ਹੈਗਾ ਵਾ, ਆਪਦੀ ਜ਼ਿੰਦਗੀ ਨੂੰ ਸੈੱਟ ਕਰਨ ਲਈ ਜਾ ਰਿਹਾ ਹੈਗਾ ਵਾ। ਬੇਸ਼ੱਕ ਅਸੀਂ ਇੱਥੇ ਰਹਿ ਕੇ ਬਹੁਤ ਸਾਰੀਆਂ ਸਟੱਡੀਜ਼ ਕਰਦੇ ਹੈਗੇ ਹਾਂ, ਪਰ ਜਦੋਂ ਸਾਨੂੰ ਜੋਬਸ ਨਹੀਂ ਮਿਲਦੀਆਂ ਹੈਗੀਆਂ, ਕੰਮ ਨਹੀਂ ਮਿਲਦੇ ਹੈਗੇ ਗੇ, ਤਾਂ ਅਸੀਂ ਬਹੁਤ ਪਰੇਸ਼ਾਨ ਹੁੰਦੇ ਹਾਂ। ਪਰੇਸ਼ਾਨੀ ਵਿੱਚ ਅਸੀਂ ਦੇਖਿਆ ਕਿ ਬੱਚੇ ਜ਼ਿਆਦਾਤਰ ਨਸ਼ੇ ਦੇ ਵਿੱਚ ਵੜ ਜਾਂਦੇ ਹੈਗੇ ਆ, ਅਤੇ ਜ਼ਿਆਦਾਤਰ ਬੱਚੇ ਬੇਰੁਜ਼ਗਾਰ ਹੋਣ ਕਰਕੇ ਬਹੁਤ ਜ਼ਿਆਦਾ ਹੋਰ ਗਲਤ ਕੰਮਾਂ ਦੇ ਵਿੱਚ ਵੀ ਪੈ ਜਾਂਦੇ ਆ। ਬਟ ਜਦੋਂ ਇਸ ਵਕਤ ਹੁਣ ਦੇ ਟਾਈਮ ਦੇ ਵਿੱਚ ਜਿਹੜਾ ਬੱਚਾ ਕੈਨੇਡਾ ਜਾ ਰਿਹਾ ਹੈਗਾ ਵਾ ਤਾਂ ਪੇਰੈਂਟਸ ਇੱਕ ਆਸ ਲੈ ਕੇ ਹੀ ਉਹਨਾਂ ਨੂੰ ਤੋਰਦੇ ਹੈਗੇ ਆ ਕਿ ਉਹ ਬੱਚਾ ਆਪਦੀ ਜ਼ਿੰਦਗੀ ਬਣਾਏਗਾ ਉੱਧਰ ਜਾ ਕੇ, ਜਿਵੇਂ ਕਿ ਸਾਰੇ ਬੱਚੇ ਕੈਨੇਡਾ ਜਾ ਰਹੇ ਆ। ਮੈਂ ਸਭ ਨੂੰ ਬਹੁਤ ਵਧਾਈ ਦਿੰਦਾ ਹੈਗਾ ਵਾ ਅਤੇ ਸਭ ਨੂੰ ਬੱਚਿਆਂ ਨੂੰ ਜਾਣ ਵਾਲਿਆਂ ਨੂੰ ਇਹੀ ਕਹੂੰਗਾ ਕਿ ਯਾਨੀ ਕਿ ਤੁਸੀਂ ਆਪਦਾ ਹਾਰਡਵਰਕ ਕਰਿਓ ਉੱਥੇ ਜਾ ਕੇ, ਡੈਡੀਕੇਟਲੀ ਜੋ ਤੁਹਾਡੀਆਂ ਆਸਾਂ ਯਾਨੀ ਕਿ ਤੁਹਾਡੇ ਪੇਰੈਂਟਸ ਨੇ ਤੁਹਾਡੇ ਤੋਂ ਲਗਾਈਆਂ, ਜੋ ਸੁਪਨੇ ਤੁਹਾਡੇ ਪੇਰੈਂਟਸ ਨੇ ਸਾਜੇ ਹੋਏ ਹੈਗੇ ਆ, ਐਟਲੀਸਟ ਉਹ ਜ਼ਰੂਰ ਪੂਰੇ ਕਰਿਓ। ਸਾਰੇ ਬੱਚਿਆਂ ਨੂੰ ਮੇਰੀ ਇਹ ਰਿਕੁਐਸਟ ਰਹੇਗੀ ਕਿ ਅਸੀਂ ਬਾਹਰ ਵੀ ਆਪਦੀਆਂ ਸਰਵਿਸਿਜ਼ ਦੇ ਰਹੇ ਹੈਗੇ ਹਾਂ, ਜਿਨ੍ਹਾਂ ਬੱਚਿਆਂ ਨੇ ਆਪਦੇ ਕਾਲਜਸ ਵਗੈਰਾ ਯਾਨੀ ਕਿ ਪੜ੍ਹਾਈ ਤੋਂ ਬਾਅਦ 'ਚ ਵਰਕ ਪਰਮਿਟ ਕਨਵਰਟ ਕਰਾਉਣੇ ਹੈਗੇ ਆ, ਆਪਦੀ ਸਟੱਡੀ
ਮੇਰੀ ਫੈਮਿਲੀ ਦੇ ਵਿੱਚ ਮੇਰੇ ਬ੍ਰਦਰ ਬੈਠੇ ਹੋਏ ਹੈਗੇ ਆ, ਉਹ ਇਹ ਸਾਰਾ ਕੰਮ ਦੇਖ ਰਹੇ ਹੈਗੇ ਆ। ਸੋ ਇਹ ਸਰਵਿਸਿਸ ਅਸੀਂ ਨਾਲ ਦੇ ਰਹੇ ਹੈਗੇ ਹਾਂ। ਅਗਰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈਗੀ ਆ, ਉਹ ਸਾਨੂੰ ਡਾਇਰੈਕਟ ਕੋਂਟੈਕਟ ਕਰ ਸਕਦਾ ਹੈਗਾ ਵਾ, ਅਤੇ ਆਪਣੀ ਸਾਰੀ ਇਨਫੋਰਮੇਸ਼ਨ ਜਿਹੜੀਆਂ ਹੈਗੀਆਂ ਵਾ ਸਾਨੂੰ ਦੇ ਸਕਦਾ ਹੈਗਾ। ਆਫਟਰ ਦੈਟ ਉਹਨਾਂ ਦਾ ਸਾਰੀ ਸਰਵਿਸਿਸ ਅਸੀਂ ਉਹਨਾਂ ਨੂੰ ਅਵੇਲ ਕਰਵਾਵਾਂਗੇ। ਸੋ ਰਣਜੋਤ ਸਿੰਘ ਜਾ ਰਹੇ ਹੈਗੇ ਆ ਕੈਨੇਡਾ ਦੇ ਵਿੱਚ, ਅਤੇ ਬਹੁਤ ਹੀ ਖੁਸ਼ੀ ਦਾ ਟਾਈਮ ਹੈਗਾ ਵਾ, ਬਹੁਤ ਹੀ ਯਾਨੀ ਕਿ ਇਹ ਵਧੀਆ ਸਾਡੇ ਕੋਲ ਸਮਾਂ ਹੈਗਾ ਵਾ ਜਿਹਦੇ 'ਚ ਬੱਚੇ ਆਪਦੇ ਬਾਹਰ ਜਾ ਰਹੇ ਆ। ਅਸੀਂ ਸਾਰੀ ਫੈਮਿਲੀ ਨੂੰ ਅਤੇ ਰਣਜੋਤ ਸਿੰਘ ਨੂੰ ਬਹੁਤ ਵਧਾਈ ਦਿੰਦੇ ਹਾਂ ਕਿ ਕੈਨੇਡਾ ਜਾ ਕੇ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰਨ ਜਾ ਰਹੇ ਆ। ਧੰਨਵਾਦ।